भाई बलवंत सिंह राजूवाला जी, जगतार सिंह हवारा जी, होर नेकाबंदी सिंह जिहड़े अपन सजावां पूरियां कर चुके ने, ते जदों उन्हां नूं छड्डण दी गल आउंदी आ तां तेरे तकलीफ हुंदी आ। ਇਹ ਉਹਨਾਂ ਨੂੰ ਗੱਲ ਕਰਦੇ ਵੀ ਬਾਹਰ ਆ ਕੇ ਫੇਰ ਬੰਬ ਚਲਾਉਣ ਆਇਆ ਸਮਾਨ ਅੱਗ ਨਾ ਖੇਡਣ ਦਾ। ਅੱਜ ਉਹ ਕਹਿ ਰਿਹਾ ਵੀ ਮੇਰੀ ਰਹਿਮ ਦੀ ਅਪੀਲ ਵਾਪਸ ਲੈ ਕੇ ਮੇਰਾ ਛੁਟਕਾਰਾ ਕਰ ਦਿਓ ਵੀ ਤੁਸੀਂ ਇੱਥੇ ਸਿਆਸਤ ਨਾ ਕਰੋ। ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ, ਜਦੋਂ ਨੌਜਵਾਨ ਜਾਂਦੇ ਸੀ ਨਾ, ਇਹ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ, ਦਾੜੇ ਰੱਖੇ ਹੁੰਦੇ ਸੀ, ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ। ਇੰਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ 'ਤੇ ਹਮਲਾ ਕੀਤਾ, ਉਹੀ ਅੱਗੇ ਤਰਜ 'ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ। ਸਿਰਫ ਤੁਸੀਂ ਰਾਜਨੀਤੀ ते अपने बह के डिस्कशन करने लई सिर्फ थोड़े को टाइम है, थोड़ी ये थोड़ा रोल की है, थोड़ी देन की है। एक पीढ़ी मार दी तेरे दादे ने, ब्यांता पुचर ताई कहंदी सी कौम तेरे दादे नूं, मारन वालिआं ने मारते, मरन वाले मर गए, तो हुण तुसीं होर की लभना चाहुंदे हो? इत्थे डरा सानूं इंदरा नहीं सकी, डरा सानूं तेरा दादा नहीं सकिया ब्यांता पुचर, तो तू कड़ी चीज़ की बाग की मूली हो। कोशिश ਹੋਈ ਹੈ ਵੀ ਉਹ ਭਾਵਨਾ ਕਿਵੇਂ ਭੜਕਾਈਏ ਤੇ ਕਿਵੇਂ ਉਹ ਦੁਬਾਰਾ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਈਏ, ਕਿਵੇਂ ਪਿੰਡ ਪਿੰਡ ਜਿਹੜੇ ਆ ਉਹ ਇਸ ਗੱਲ ਕਰ ਤਕਰਾਰ ਜਿਹੜੀ ਬਾਜੀ ਉਹ ਸ਼ੁਰੂ ਹੋਵੇ। ਕਈਆਂ ਦੇ ਚੈਨਲ ਚੱਲਣਗੇ ਉਹਦੇ ਨਾਲ, ਕਈਆਂ ਦੇ ਯੂਟਿਊਬ ਚੈਨਲ ਚੱਲਣਗੇ ਉਹਦੇ ਨਾਲ, ਕਿਉਂਕਿ ਹਰ ਸਭ ਤੋਂ ਪਹਿਲਾਂ ਜਿਹੜੀ ਕਿ ਲੜਾਈ ਝਗੜਾ ਹੈ, ਵਾਇਲੈਂਸ ਆ, ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ। ਮੇਰੀ ਬੇਨਤੀ ਆ ਨੌਜਵਾਨਾਂ ਨੂੰ, ਠੋਕਿਆ ਕਰੋ, ਇਹ ਲੋਕ ਗੁਲਾਮਾਂ ਨੂੰ ਪੈਂਦੇ ਨੇ, ਇਹ ਰਮਨੀਤ ਬੁੱਟੂ ਵਰਗਿਆਂ ਨੂੰ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆਂਤਾ ਬੁੱਚੜ ਕਹਿੰਦੀ ਆ। ਓਏ ਬਿਆਂਤਾ ਬੁੱਚੜ ਕਹਿੰਦੀ ਆ, ਅਤੇ ਤੂੰ ਵੀ ਬਿਆਂਤੇ ਬੁੱਚੜ ਤੋਂ ਘੱਟ ਨਹੀਂ, ਤੂੰ ਵੀ ਰਵਨੀਤ ਬੁੱਚੜਾ ਬੁੱਚੜ, ਕਿਉਂਕਿ ਇਹ ਰੋਜ਼ ਪਲੈਨ ਨਵਾਂ ਬਣਾ ਕੇ ਆਉਂਦੇ। ਉਦੋਂ ਵੀ ਤੁਸੀਂ ਇਸੇ ਤਰੀਕੇ ਨਾਲ 12 ਸਾਲ ਪਹਿਲਾਂ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਹਾਨੂੰ ਜਿਹੜੀ ਉਹਨਾਂ ਨੇ ਮੂੰਹ 'ਤੇ ਚਪੇੜ ਤੁਹਾਡੇ ਮਾਰੀ ਆ ਵੀ ਤੁਸੀਂ ਜਿਹੜੀ ਇਹ ਸਿਆਸਤ ਕਰਦੇ ਹੋ। ਹੁਣ 5 ਦਿਨ ਤੁਹਾਡੇ ਕੋਲ ਰਹਿ ਗਏ ਆ, ਦੇਖਿਆ ਨਾ ਮਾੜੇ ਕੰਮ ਦੇ ਮਾੜੇ ਨਤੀਜੇ ਇਹ ਹੁੰਦੇ ਆ, ਮਾੜੇ ਕੰਮ ਦੇ ਮਾੜੇ ਨਤੀਜੇ, ਉਸ 'ਤੇ ਪਰਮਾਤਮਾ ਵੀ ਤਾਂ ਹੈ। ਇੱਕ ਗੱਲ ਬੋਲੇਗਾ, 4 ਤੈਨੂੰ ਸੁਣਾਵਾਂਗੇ, ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ, ਸਾਰੀ ਸਿੱਖ ਕੌਮ ਜਾਣਦੀ। ਹਰੇਕ ਬੰਦਾ ਮੰਨਦਾ ਅੱਜ ਵੀ ਹਾਂ ਉਹ ਕਾਲਾ ਦੌਰ ਸੀ, ਜਾਂ ਤਾਂ ਮੈਨੂੰ ਤੁਸੀਂ ਕਹਿ ਦਿਓ ਵੀ ਤੁਸੀਂ ਨਹੀਂ ਇਹ ਗੱਲ ਕਹਿੰਦੇ ਹੋ ਵੀ ਉਹ ਬਹੁਤ ਚੰਗਾ ਦੌਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਆਂਤੇ ਬੁੱਚੜ ਦੇ ਪੋਤੇ ਰਵਨੀਤ ਬੁੱਟੂ ਨੂੰ ਉਹਦੀ ਭਾਸ਼ਾ ਜਵਾਬ ਦੇਣ ਲੱਗਾ, ਸੁਣ ਲਈ ਹੋਏ, ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿੱਖ ਕੌਮ ਬਿਆਂਤਾ ਬੁੱਚੜ ਕਹਿੰਦੀ ਆ, ਇੰਨਾ ਕਿਸੇ ਨੇ ਨਹੀਂ ਕੀਤਾ ਹੋਣਾ, ਤਾਂ ਹੀ ਤੈਨੂੰ ਤਕਲੀਫ ਹੁੰਦੀ ਆ। ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ, ਜਦੋਂ ਨੌਜਵਾਨ ਜਾਂਦੇ ਸੀ ਨਾ, ਇਹ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ, ਦਾੜੇ ਰੱਖੇ ਹੁੰਦੇ ਸੀ, ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ। ਇੰਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ 'ਤੇ ਹਮਲਾ ਕੀਤਾ, ਉਹੀ ਅੱਗੇ ਤਰਜ 'ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ, ਅਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ। ਇਹ ਦਸਤਾਰਾਂ ਨੂੰ, ਇਹ ਦਾੜਿਆਂ ਦਾ ਬੈਰੀ ਸੀ ਤੇਰਾ ਦਾਦਾ, ਜਦੋਂ ਮੁੱਖ ਮੰਤਰੀ ਸੀ, KPS ਗਿੱਲ ਦੇ ਨਾਲ ਰਲ ਕੇ ਝੂਠੇ ਮੁਕਾਬਲੇ ਕੀਤੇ ਉਹਨੇ, ਨੌਜਵਾਨਾਂ ਨੂੰ ਮਾਰਿਆ, ਬੇਗੁਨਾਹ ਨੌਜਵਾਨਾਂ ਨੂੰ ਮਾਰਿਆ, ਇੱਕ ਪੀੜ੍ਹੀ ਮਾਰ ਦਿੱਤੀ ਤੇਰੇ ਦਾਦੇ ਨੇ, ਬਿਆਂਤਾ ਪੁੱਚੜ ਤਾਂ ਹੀ ਕਹਿੰਦੀ ਆ ਸਿੱਖ ਕੌਮ ਤੇਰੇ ਦਾਦੇ ਨੂੰ, ਅਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ? ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੋਧਾ ਲਾਇਆ ਤੇਰੇ ਦਾਦੇ ਨੂੰ, ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਦੇ ਹਾਂ, ਭਾਈ ਬਲਵੰਤ ਸਿੰਘ ਰਾਜੂਵਾਲਾ ਜੀ, ਜਗਤਾਰ ਸਿੰਘ ਹਵਾਰਾ ਜੀ, ਹੋਰ ਅਨੇਕਾਂ ਬੰਦੀ ਸਿੰਘ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਅਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਕਲੀਫ ਹੁੰਦੀ ਆ। ਤਾਂ ਹੀ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ। ਤੂੰ ਕਹਿੰਦਾ ਡਰ ਗਏ, ਕਿਸੇ ਤੋਂ ਨਹੀਂ ਡਰਿਆ ਸੀ, ਡਰਾ ਸਾਨੂੰ ਇੰਦਰਾ ਨਹੀਂ ਸਕੀ, ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਂਤਾ ਬੁੱਚੜ, ਅਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਹੋਏ? ਕਿਸੇ ਤੋਂ ਨਹੀਂ ਸੀ ਡਰਦੇ? ਖਾਲਸਾ ਝੰਡੇ ਦੇ ਹੇਠ ਸਿੱਖ ਕੌਮ, ਸਿੱਖ ਕੌਮੀਅਤ ਦੇ ਮੁੱਦਿਆਂ ਲਈ ਇੱਕਜੁੱਟ ਹੈ, ਇੱਕਜੁੱਟ ਹੋ ਕੇ ਲੜੂਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਹਰੇ ਹੋ ਕੇ ਲੜਾਈ ਲੜ ਰਹੀ ਹੈ, ਪੂਰੀਆਂ ਸਿੱਖ ਸੰਸਥਾਵਾਂ, ਸਿੱਖ ਕੌਮ ਇੱਕਮੁੱਠ ਹੋ ਕੇ ਲੜਾਈ ਲੜ ਰਹੀ ਹੈ, ਅਤੇ ਲੜਨੀ ਵੀ ਚਾਹੀਦੀ ਆ। ਮੇਰੀ ਬੇਨਤੀ ਆ ਨੌਜਵਾਨਾਂ ਨੂੰ, ਠੋਕਿਆ ਕਰੋ, ਇਹ ਲੋਕ ਗੁਲਾਮਾਂ ਨੂੰ ਪੈਂਦੇ ਨੇ, ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਇੱਕ ਪੀੜ੍ਹੀ ਮਾਰ ਦਿੱਤੀ ਆਪਣੇ ਨੌਜਵਾਨਾਂ ਦੀ, ਇਹ ਦਸਤਾਰਾਂ ਦਾੜੀਆਂ ਦੇ ਵੈਰੀ ਨੇ, ਇਹ ਬਿਆਂਤ ਦਾ ਬੁੱਚੜ ਦਾ ਪਰਿਵਾਰ, ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ, ਓਏ ਸੁਣ ਲੈ, ਅਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦੇਵਾਂਗੇ। ਇਹ ਲੋਕ ਬੈਰੀ ਨੇ, ਨੌਜਵਾਨਾਂ ਬੇਨਤੀ ਹੈ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕਮੁੱਠ ਹੋ ਕੇ ਜਵਾਬ ਦਿਓ ਅਤੇ ਲੜਾਈ ਲੜੋ, ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ, ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ, ਕੌਮ ਲਈ ਲੜੇ ਨੇ, ਕੌਮ ਦੇ ਦਰਦ ਲਈ ਲੜੇ ਨੇ।
ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਦੀਆਂ ਝੂਠੇ ਮੁਕਾਬਲੇ ਕੀਤੇ ਉਹਨਾਂ ਲਈ ਲੜੇ ਨੇ, ਤਾਂ ਉਹਨਾਂ ਨੇ ਸੌਦੇ ਲਾਏ, ਤਾਂ ਉਹ 25-25 30-30 32-32 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਇਹ ਰਵਨੀਤ ਬੁੱਟੂ ਵਰਗਿਆਂ ਨੂੰ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆਂਤਾ ਬੁੱਚੜ ਕਹਿੰਦੀ ਆ, ਓਏ ਬਿਆਂਤਾ ਬੁੱਚੜ ਕਹਿੰਦੀ ਆ, ਅਤੇ ਤੂੰ ਵੀ ਬਿਆਂਤੇ ਬਿੱਚੜ ਤੋਂ ਘੱਟ ਨਹੀਂ, ਤੂੰ ਵੀ ਰਵਨੀਤ ਬੁੱਚੜਾਂ ਬੁੱਚੜ, ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ। ਵਾਰ ਵਾਰ ਤਾਂ ਹੀ ਤੂੰ ਜ਼ਹਿਰ ਉਗਲਦਾ, ਤਾਂ ਹੀ ਜ਼ਹਿਰ ਉਗਲਦਾ, ਸੱਪ ਦਾ ਬੱਚਾ ਸੱਪੀ ਆ ਫਿਰ ਤੂੰ ਅਸਲੀਅਤ ਦੇ ਵਿੱਚ। ਸੋ ਇਸ ਲਈ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੇ ਹਾਂ, ਅਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸੁਣਾਵਾਂਗੇ, ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਹੈ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ। ਦੇਖੋ ਮੈਂ 2-3 ਦਿਨ ਦਾ ਦੇਖ ਰਿਹਾ ਸੀ, ਪਰ ਇਹ ਗੱਲਾਂ ਬੋਲਣੀਆਂ ਕਹਿਣੀਆਂ ਤਾਂ ਪੈਂਦੀਆਂ, ਪਰ ਵੀ ਜਿਨ੍ਹਾਂ ਦੇ ਪਰਿਵਾਰਾਂ ਨਾਲ, ਜਿਨ੍ਹਾਂ ਦੇ ਫੈਮਿਲੀ, ਜਿਨ੍ਹਾਂ ਦੇ ਪਰਿਵਾਰਾਂ ਨਾਲ ਇਹ ਬੀਤੀਆਂ ਹੋਣ, ਉਹਨਾਂ ਨੂੰ ਕਦੇ ਭੁੱਲਦੀਆਂ ਨਹੀਂ ਗੀਆਂ। ਇਸ ਕਰਕੇ ਅਸੀਂ ਤਾਂ ਇੱਕ ਪਾਸੇ ਜਿਨ੍ਹਾਂ ਦਾ ਸਭ ਕੁਛ ਚਲਾ ਗਿਆ, ਉਹ ਪੰਜਾਬ ਖਾਤਰ, ਆਪਣੇ ਖਾਤਰ ਨਹੀਂ, ਲੋਕ ਚੀਫ ਮਿਨਿਸਟਰੀਆਂ ਜਿਹੜੀਆਂ ਉਹ ਲੈ ਕੇ 20-20 ਸਾਲ ਆਪਣੇ ਪਰਿਵਾਰਾਂ 'ਚ ਲੈ ਕੇ ਬਹਿੰਦੇ ਆ ਅਤੇ ਅੱਗੇ ਆਪਣੇ ਪਰਿਵਾਰਾਂ ਨੂੰ ਹੋਰ ਦਿੰਦੇ ਆ। ਪਰ ਇੱਥੇ ਤਾਂ ਸ਼ਹੀਦਾਂ ਅਨੁਸਾਰ ਬੇਅੰਤ ਸਿੰਘ ਨੇ ਸਿਰਫ ਅਤੇ ਸਿਰਫ ਅਮਨ ਸ਼ਾਂਤੀ ਲਈ ਆਪਣੀ ਇੱਕ ਜ਼ਿੰਦਗੀ ਆ ਜਿਹੜੀ ਉਹ ਦਾਅ 'ਤੇ ਲਾ ਦਿੱਤੀ, ਅਤੇ ਉਹਨਾਂ ਦੀ ਉਹ ਜ਼ਿੰਦਗੀ ਚਲੀ ਗਈ। ਸਾਨੂੰ ਉਸ 'ਚ ਕੋਈ ਨਹੀਂ, ਸਾਨੂੰ ਦੁੱਖ ਇਹ ਆ ਵੀ ਕਿਵੇਂ 30,000 ਲੋਕ ਜਿਹੜੇ ਸ਼ਹੀਦ ਹੋ ਗਏ, ਮਾਰੇ ਗਏ ਪੰਜਾਬ ਦੇ, ਅਤੇ 17 ਬੰਦੇ ਉਹਨਾਂ ਨਾਲ ਜਿਹੜੇ ਸ਼ਹੀਦ ਹੋ ਗਏ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ। ਚਲੋ ਉਦੋਂ ਬਾਅਦ ਜਿਹੜੇ ਉਹ ਲੋਕ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਹਵਾਰਾ ਹੋਇਆ, ਰਾਜਵਾਣਾ ਹੋਇਆ, ਤਾਰਾ ਹੋਇਆ, ਭਿਊਰਾ ਹੋਇਆ, ਹੋਰ ਹੋਏ, ਸਾਡੇ ਦੋਨਾਂ ਆਪਸ ਵਿੱਚ ਗੱਲ ਤਾਂ ਸਮਝ ਆਉਂਦੀ ਆ। ਜੇ ਕੋਈ ਗੱਲ ਕਦੇ ਕੋਈ ਹੁੰਦੀ ਹੋਵੇ ਤਾਂ ਸਾਡੇ ਆਪਸ ਵਿੱਚ ਦੋਨਾਂ ਦੇ ਗੱਲ ਕਦੇ ਆਪਸ ਵਿੱਚ ਅਸੀਂ ਕਰੀਏ ਜਾਂ ਗੱਲ, ਉਹ ਤਾਂ ਕੋਈ ਜਚਦੀ ਆ। ਤੁਸੀਂ ਵਿੱਚ ਤੀਜੇ ਧਿਰ ਬਣ ਕੇ ਇਹਦੇ ਵਿੱਚ ਕੀ ਲੱਭਦੇ ਹੋ? ਤੁਸੀਂ ਸਾਰੇ ਲੋਕ, ਮੈਂ ਬਹੁਤ ਡਿਬੇਟ ਸੁਣਦਾ ਹਾਂ, ਮੈਂ ਬੜੀਆਂ ਤੁਹਾਡੀਆਂ ਗੱਲਾਂ ਰੋਜ਼ ਸੁਣਦਾ ਹਾਂ, ਮੀਡੀਆ 'ਚ ਤੁਸੀਂ ਬੋਲਦੇ ਹੋ, ਤੁਹਾਡਾ ਮੈਨੂੰ ਦੱਸੋ ਤੁਸੀਂ ਕੀ ਇਸ ਚੀਜ਼ ਨਾਲ ਕਿਵੇਂ ਜੁੜੇ ਹੋਏ ਹੋ? ਸਿਰਫ ਤੁਸੀਂ ਰਾਜਨੀਤੀ ਅਤੇ ਆਪਣੇ ਬਹਿ ਕੇ ਡਿਸਕਸ਼ਨਾਂ ਕਰਨ ਲਈ ਸਿਰਫ ਤੁਹਾਡੇ ਕੋਲ ਟਾਈਮ ਹੈਗਾ? ਤੁਸੀਂ ਦੱਸੋ ਤਾਂ ਸਹੀ ਨਾ, ਤੁਹਾਡੀ ਇਹਦੇ ਵਿੱਚ ਤੁਹਾਡਾ ਰੋਲ ਕੀ ਆ, ਤੁਹਾਡੀ ਦੇਣ ਕੀ ਆ? ਮਾਰਨ ਵਾਲਿਆਂ ਨੇ ਮਾਰਤੇ, ਮਰਨ ਵਾਲੇ ਮਰ ਗਏ, ਅਤੇ ਹੁਣ ਤੁਸੀਂ ਹੋਰ ਕੀ ਲੱਭਣਾ ਚਾਹੁੰਦੇ ਹੋ ਇਹ 'ਚੋਂ? ਜਿੰਨੇ ਵੀ ਬੜੀਆਂ ਬੜੀਆਂ ਗੱਲਾਂ ਕਰਦੇ, ਮੈਂ ਬੜੇ ਬੁੱਧੀਜੀਵੀ ਗੱਲਾਂ ਕਰਨਗੇ ਬਹਿ ਕੇ, ਜਿਵੇਂ ਇਹਦੇ ਬਗੈਰ ਕੋਈ ਮੁੱਦਾ ਹੀ ਨਹੀਂ ਹੁੰਦਾ, ਜਿਵੇਂ ਇਹਨੂੰ ਦੁਬਾਰਾ ਜਿਉਂਦਾ ਕਰਨ ਲਈ ਵੀ ਕਿਸ ਤਰੀਕੇ ਨਾਲ ਪੰਜਾਬ ਨੂੰ ਦੁਬਾਰਾ ਇਹ ਮੁੱਦਾ ਖੜ ਕੇ ਕਿਵੇਂ, ਕਿਉਂਕਿ ਲੋਕਾਂ ਨੂੰ, ਇਹਨਾਂ ਨੂੰ ਇਹ ਪਤਾ ਵੀ ਪੰਜਾਬ ਵੀ ਇੱਕ ਬਹੁਤ ਹੀ ਜਿਹੜਾ ਹੈ ਉਹ ਸੈਂਸਿਟਿਵ ਜਿਹੜੀ ਸਟੇਟ ਆ, ਅਤੇ ਪੰਜਾਬੀ ਆਮ ਤੌਰ 'ਤੇ ਬਹੁਤ ਉਹਦੀਆਂ ਭਾਵਨਾਵਾਂ ਹੈ ਜਿਹੜੀਆਂ, ਉਹਨੂੰ ਕਿਵੇਂ ਇੱਕਦਮ ਭੜਕਾਉਣਾ ਹੈ, ਇਹ ਕੁਛ ਲੀਡਰ ਅਤੇ ਕੁਛ ਬੁੱਧੀਜੀਵੀ ਆ ਜਿਹੜੇ ਉਹ ਜਾਣਦੇ ਆ, ਅਤੇ ਉਹ ਕੋਸ਼ਿਸ਼ ਉਹੀ ਹੈ ਵੀ ਉਹ ਭਾਵਨਾ ਕਿਵੇਂ ਭੜਕਾਈਏ ਅਤੇ ਕਿਵੇਂ ਉਹ ਦੁਬਾਰਾ ਲੋਕਾਂ ਨੂੰ ਸੜਕਾਂ 'ਤੇ ਲੈ ਕੇ ਆਈਏ, ਕਿਵੇਂ ਪਿੰਡ ਪਿੰਡ ਜਿਹੜੇ ਆ ਉਹ ਇਸ ਗੱਲ ਕਰ ਤਕਰਾਰ ਜਿਹੜੀ ਬਾਜੀ ਉਹ ਸ਼ੁਰੂ ਹੋਵੇ। ਉਹਦੇ ਲਈ ਸਿਰਫ ਕਈਆਂ ਦੇ ਚੈਨਲ ਚੱਲਣਗੇ ਉਹਦੇ ਨਾਲ, ਕਈਆਂ ਦੇ ਯੂਟਿਊਬ ਚੈਨਲ ਚੱਲਣਗੇ ਉਹਦੇ ਨਾਲ, ਕਿਉਂਕਿ ਹਰ ਸਭ ਤੋਂ ਪਹਿਲਾਂ ਜਿਹੜੀ ਕਿ ਲੜਾਈ ਝਗੜਾ ਹੈ, ਵਾਇਲੈਂਸ ਆ, ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਵਾਰ ਵਾਰ ਇਹਦੇ ਵਿੱਚੋਂ ਉਹ ਚੀਜ਼ ਲੱਭਦੇ ਆ ਵੀ ਇਹ ਯਾਰ ਸ਼ਾਂਤੀ ਕਿਵੇਂ ਰਹਿ ਰਹੀ ਆ, ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਨੂੰ ਗਾਈਡ ਕੀਤਾ ਜਾਂਦਾ, ਕਿੱਥੋਂ ਕਿੱਥੋਂ ਏਜੰਸੀਆਂ ਕਿਹੜੀਆਂ ਨਾਲ ਇਹ ਜੁੜੇ ਹੋਏ ਲੋਕ ਨੇ ਜਿਹੜੇ ਇਸ ਗੱਲ ਨੂੰ, ਯਾਰ ਅੱਜ ਲੋਕ ਨੌਕਰੀਆਂ ਚਾਹੁੰਦੇ ਆ, ਲੋਕ ਆਪਣਾ ਰੁਜ਼ਗਾਰ ਚਾਹੁੰਦੇ ਆ, ਨੌਜਵਾਨ ਉਹਨਾਂ ਲਈ ਪੜ੍ਹਨ ਦੇ ਲਈ ਕੋਈ ਗੱਲ ਨਹੀਂ ਕਰਦਾ, ਉਹਨਾਂ ਲਈ ਕੋਈ ਐਜੂਕੇਸ਼ਨ ਦੇਣ ਦੀ ਗੱਲ ਨਹੀਂ, ਉਹਨਾਂ ਨੂੰ ਬਾਹਰ ਭੇਜਿਆ ਜਾਵੇ ਸਹੀ ਢੰਗ ਨਾਲ ਉਹਦੀ ਕੋਈ ਗੱਲ ਨਹੀਂ ਕਰਦਾ, ਉਹਨਾਂ ਨੂੰ ਕਿਵੇਂ ਇੰਸਟੀਟਿਊਟ ਖੋਲ੍ਹ ਕੇ ਉਹਨਾਂ ਨੂੰ IAS IPS PCS ਕਿਵੇਂ ਉਹਨਾਂ ਨੂੰ ਅਫਸਰ ਬਣਾਇਆ ਜਾਵੇ ਉਹਦੀ ਸੋਚ ਨਹੀਂ। ਸਿਰਫ ਬਹੁਤ ਮੈਂ ਦੇਖਦਾ ਹੈ ਘੰਟੇ ਦੋ ਦੋ ਘੰਟੇ ਦੇ ਡਿਬੇਟ ਕਰ ਰਹੇ ਆ ਕਿਸ ਤਰੀਕੇ ਨਾਲ ਵੀ ਨੌਜਵਾਨਾਂ ਨੂੰ ਚਿੰਗਿਆਰੀ ਲਾਈਏ, ਜੇਲ੍ਹ ਦੀ ਗੱਲ ਦਿਖਾ ਕੇ, ਮਰਨ ਮਰਾਉਣ ਦੀ ਗੱਲ ਦਿਖਾ ਕੇ, ਜਿਹੜੀ ਕਿ ਕਿਸ ਤਰੀਕੇ ਨਾਲ ਸ਼ਾਂਤ ਕੀਤੀ ਉਹ ਲੋਕਾਂ ਨੇ ਜਿਹੜੇ ਆਪਣੀਆਂ ਸ਼ਹਾਦਤਾਂ ਦੇ ਗਈਆਂ ਵੀ ਕਿਵੇਂ, ਪਰ ਨਹੀਂ ਫਿਰ ਕਿਵੇਂ ਸਿੱਖ ਮਰੇ ਜੀ, ਕਿਵੇਂ ਨੁਕਸਾਨ ਹੋਇਆ ਜੀ,
ਉਹ ਦੋਨੋਂ ਪਾਸੇ ਨੁਕਸਾਨ ਹੋਇਆ। ਹਰੇਕ ਬੰਦਾ ਮੰਨਦਾ ਅੱਜ ਵੀ ਹਾਂ ਉਹ ਕਾਲਾ ਦੌਰ ਸੀ। ਜਾਂ ਤਾਂ ਮੈਨੂੰ ਤੁਸੀਂ ਕਹਿ ਦਿਓ ਵੀ ਤੁਸੀਂ ਨਹੀਂ ਇਹ ਗੱਲ ਕਹਿੰਦੇ ਹੋ ਵੀ ਉਹ ਬਹੁਤ ਚੰਗਾ ਦੌਰ ਸੀ। ਹਰੇਕ ਬੰਦਾ ਇਹ ਕਹਿੰਦਾ ਵੀ ਉਹ ਕਾਲਾ ਦੌਰ ਸੀ ਜਿਹਚੋਂ ਪੰਜਾਬ ਲੰਘਿਆ। ਅੱਜ ਜਦੋਂ ਕਤਲ ਹੁੰਦੇ ਆ ਪੰਜਾਬ 'ਚ, ਤੁਸੀਂ ਰੋਜ਼ ਦੇਖਦੇ ਹੋ, ਸਹਿਮਦੇ ਆ ਨਾ ਸਾਰੇ, ਇੱਕ ਦੋ ਕਤਲ ਤਾਂ ਰੋਜ਼ ਹੁਣ ਹੋ ਰਹੇ ਨੇ, ਅਤੇ ਕਿਵੇਂ ਡਰਦਾ ਹੈ ਵਪਾਰੀ, ਡਰ ਰਿਹਾ ਕੋਈ ਫੈਕਟਰੀ ਲਾਉਣ ਨੂੰ, ਕੋਈ ਕੰਮ ਕਰਨ ਨੂੰ, ਉਰੇ ਕੋਈ ਆਉਂਦਾ ਨਹੀਂ ਪੰਜਾਬ 'ਚ ਵੀ, ਪਤਾ ਨਹੀਂ ਕਦੋਂ ਕਿਸੇ ਨੇ ਲੁੱਟ ਲੈਣਾ। ਅਤੇ ਉਦੋਂ ਤਾਂ AK-47 ਐਂ ਚੱਲਦੀਆਂ ਸੀ, ਪਿੰਡ ਪਿੰਡ ਜਿਹੜਾ ਹੈ ਉਹ ਟੈਰਰਿਸਟ ਬਣਿਆ ਹੋਇਆ ਸੀ, ਅਤੇ ਉਹ ਲਾਸ਼ਾਂ ਵਿਛਾ ਕੇ ਚਲੇ ਜਾਂਦਾ ਸੀਗਾ, ਅਤੇ ਉਦੋਂ ਪੰਜਾਬ ਦਾ ਹਾਲ ਦੇਖੋ ਕੀ ਸੀ। ਮੈਂ ਤਾਂ ਵਾਰ ਵਾਰ ਤੁਹਾਨੂੰ ਕਹਿੰਦਾ, ਮੈਨੂੰ ਵੀ ਕਹਿੰਦੇ ਯਾਰ ਤੂੰ ਕਿਉਂ ਇਸੇ ਗੱਲ 'ਤੇ ਲੱਗਿਆ ਰਹਿਣਾ ਹੈ, ਪਰ ਮੈਂ ਕਿਉਂ ਲੱਗਿਆ ਰਹਿਣਾ, ਕਿਉਂਕਿ ਇਹ ਰੋਜ਼ ਪਲੈਨ ਨਵਾਂ ਬਣਾ ਕੇ ਆਉਂਦੇ ਆ। ਪਰ ਮੈਨੂੰ ਇੱਕ ਗੱਲ ਦੀ ਬੜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਇਹਨੂੰ ਚਾਹੇ ਕਿਵੇਂ ਲਾ ਲਓ, ਮੈਨੂੰ ਇੰਨੀ ਖੁਸ਼ੀ ਆ ਇਸ ਗੱਲ ਦੀ ਵੀ ਆਹ ਜਿਹੜਾ ਅਕਾਲੀ ਦਲ, ਆਹ ਜਿਹੜਾ ਅਕਾਲੀ ਦਲ ਆ ਨਾ, ਇਹ ਅਤੇ SGPC ਜਿਹੜੀ ਇਹਨਾਂ ਦੇ ਪ੍ਰਧਾਨ ਸਾਹਿਬ, ਜੋ ਇਹਨਾਂ ਨਾਲ ਹੋਈ ਆ, ਮੈਂ ਕਹਿੰਦਾ ਰਹੇ ਰੱਬ ਦਾ ਨਾਂ, ਉਹ ਕਿਸੇ ਨਾਲ ਨਾ ਹੋਈ ਹੋ, ਜੋ ਇਹ ਇਹ ਚੌਧਰੀ ਬਣੇ ਸੀ, ਤੁਹਾਨੂੰ ਕਿੰਨੀ ਵਾਰ ਮੈਂ ਕਿਹਾ ਵੀ ਤੁਸੀਂ ਇਹ ਤਮਾਸ਼ਾ ਤੁਸੀਂ ਅੱਗ 'ਚ ਘਿਓ ਨਾ ਪਾਓ। ਉਦੋਂ ਵੀ ਤੁਸੀਂ ਇਸੇ ਤਰੀਕੇ ਨਾਲ 12 ਸਾਲ ਪਹਿਲਾਂ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ, ਫਾਂਸੀ ਰੁਕਾਈ, ਚਲੋ ਕੋਈ ਗੱਲ ਨਹੀਂ, ਫਾਂਸੀ ਨਹੀਂ ਹੋਊਗੀ ਤਾਂ ਉਮਰ ਕੈਦ ਹੋਜੂ, ਉਸ ਗੱਲ ਚਲੋ ਨਾ, ਮੈਂ ਇਹ ਵੀ ਪੈ ਦੇਣਾ ਵੀ ਫਾਂਸੀ ਜੇ ਰੁਕ ਕੇ ਉਹ ਉਮਰ ਕੈਦ 'ਚ ਰਾਸ਼ਟਰਪਤੀ ਫੈਸਲਾ ਕਰ ਦੇਣ, ਆਪਾਂ ਉਮਰ ਕੈਦ ਦੀ ਗੱਲ ਕਰਦੇ ਹਾਂ, ਉਮਰ ਕੈਦ ਨਾਲ ਫਿਰ ਕੀ ਹੋਊਗਾ, ਫਿਰ ਕਿਹੜਾ ਬਾਹਰ ਆ ਜਾਣਾ ਹੈ, ਉਮਰ ਕੈਦ 'ਚ ਉੱਥੇ ਸਾਰੀ ਉਮਰ ਜੇਲ੍ਹ 'ਚ ਉਹਨਾਂ ਨੂੰ ਜਿੱਥੇ ਬੈਠੇ ਆ ਬਹਿਣਾ ਪਊਗਾ। ਪਰ ਤੁਹਾਨੂੰ ਜਿਹੜੀ ਉਹਨਾਂ ਨੇ ਮੂੰਹ 'ਤੇ ਚਪੇੜ ਤੁਹਾਡੇ ਮਾਰੀ ਆ ਵੀ ਤੁਸੀਂ ਜਿਹੜੀ ਇਹ ਸਿਆਸਤ ਕਰਦੇ ਹੋ, ਜਦ ਤਾਂ ਉਹ ਵੀ ਆਪਣੇ ਪਿਤਾ ਜੀ ਦੇ ਭੋਗ 'ਤੇ ਸੰਸਕਾਰ 'ਤੇ ਆਏ ਸੀ, ਉੱਥੇ ਵੀ ਮੈਂ ਅਕਾਲੀਆਂ ਅਕਾਲੀਆਂ ਨੂੰ ਵੋਟ ਪਾਓ, ਉਹਨਾਂ ਨੇ ਆਪਣੀ ਜਿਹੜੀ ਮੂੰਹ ਬੋਲੀ ਭੈਣ ਨੇ ਉਹਨਾਂ ਨੂੰ ਵੀ ਖੜਾ ਕਰਾਤਾ ਇਲੈਕਸ਼ਨ 'ਚ, ਅਤੇ ਹੁਣ ਦੱਸੋ ਪੁੱਤੋ ਕੀ ਕਰੋਗੇ। ਹੁਣ 5 ਦਿਨ ਤੁਹਾਡੇ ਕੋਲ ਰਹਿ ਗਏ ਆ, ਦੇਖਿਆ ਨਾ ਮਾੜੇ ਕੰਮ ਦੇ ਮਾੜੇ ਨਤੀਜੇ ਇਹ ਹੁੰਦੇ ਆ, ਮਾੜੇ ਕੰਮ ਦੇ ਮਾੜੇ ਨਤੀਜੇ, ਉੱਤੇ ਪਰਮਾਤਮਾ ਵੀ ਤਾਂ ਹੈ, ਉਹ ਜਿਹਨਾਂ ਨੂੰ ਮਾਰਿਆ ਏ ਉਹ ਵੀ ਤਾਂ ਉੱਤੇ ਬੈਠੇ, ਉਹਨਾਂ ਦੇ ਪਰਿਵਾਰ ਵੀ ਤਾਂ ਰੋਜ਼ ਥੱਲੇ ਅਰਦਾਸਾਂ ਕਰਦੇ ਆ ਵੀ ਯਾਰ ਜਿਹਨੇ ਨੇ ਸਾਨੂੰ ਮਾਰਿਆ, ਉਹਨਾਂ ਦੇ ਖਾਤਰ ਅਕਾਲੀ ਦਲ ਬਾਦਲ ਅਤੇ SGPC ਜਿਹੜੇ ਪ੍ਰਧਾਨ ਸਾਹਿਬ ਨੇ ਤਾਂ ਸਾਰੀ SGPC ਉਹਨਾਂ ਮਗਰ ਲੱਗਿਆ, ਸਾਨੂੰ ਕੋਈ ਪੁੱਛਦਾ ਹੀ ਨਹੀਂ ਜਿਹਨਾਂ ਦੇ ਚੀਥੜੇ ਉੜ ਗਏ। ਇਹ ਉਹਨਾਂ ਨੂੰ ਗੱਲ ਕਰਦੇ ਆ ਵੀ ਬਾਹਰ ਆ ਕੇ ਫਿਰ ਬੰਬ ਚਲਾਉਣ, ਅਤੇ ਉਹਨੇ ਹੁਣ ਉਹ ਇਹਨਾਂ ਨੂੰ ਕਿਹਾ ਵੀ 5 ਤਰੀਕ ਤੱਕ ਸ਼੍ਰੋਮਣੀ ਅਕਾਲੀ ਦਲ, ਜਿਹਨਾਂ ਨੂੰ ਇਹ ਘਨੀੜਿਆਂ 'ਤੇ ਚੜ੍ਹਾਈ ਕਰਦੇ ਸੀ ਰਾਜੋਆਣਾ, ਉਹਨੇ ਕਿਹਾ ਵੀ 5 ਤਰੀਕ ਤੱਕ ਅਕਾਲ ਤਖਤ ਸਾਹਿਬ ਮੂਹਰੇ ਮਾਫ਼ੀ ਮੰਗੋ, ਜੇ ਨਹੀਂ ਮੰਗੋਗੇ ਤਾਂ ਮੈਂ ਭੁੱਖ ਹੜਤਾਲ 'ਤੇ ਬੈਠੂ। ਹੁਣ ਦੱਸੋ ਤੁਹਾਡਾ ਮਜੀਠੀਆ ਸਾਹਿਬ, ਤੁਸੀਂ ਵੀ ਨਾਲ ਰਹੇ ਹੋ, ਹੁਣ ਦੱਸੋ ਬੀਬੀ ਹਰਸਿਮਰਤ ਕੌਰ ਜੀ, ਹੁਣ ਦੱਸੋ ਸੁਖਬੀਰ ਸਿੰਘ ਬਾਦਲ ਜੀ, ਹੁਣ ਦੱਸੋ ਧਾਮੀ ਸਾਹਿਬ ਜੀ, ਹੁਣ ਤੁਹਾਡਾ ਕੀ ਵਿਚਾਰ ਆ ਇਸ ਬਾਰੇ? ਆਇਆ ਸਵਾਲ ਅੱਗ ਨਾ ਖੇਡਣ ਦਾ? ਮੈਨੂੰ ਲਫ਼ਜ਼ ਨਹੀਂ ਗਏ ਮੇਰੇ ਕੋਲ ਵੀ ਮੈਂ ਤੁਹਾਨੂੰ ਕੀ ਕਹਾਂ ਵੀ ਤੁਸੀਂ ਕਾਨੂੰਨ ਦਾ ਜਿਹੜਾ ਫੈਸਲਾ ਹੈ ਉਹਦੇ ਵਿੱਚ ਤੁਸੀਂ ਕਿਉਂ ਅੜਚਣਾ ਅੜਾਉਂਦੇ ਹੋ, ਕਿਉਂ ਤੁਸੀਂ ਉਸ 'ਚ ਲੈਂਦੇ ਹੋ? ਇਸ ਕਰਕੇ ਰੱਬ ਵੀ ਸਭ ਦਾ ਹੈ, ਜਿਹੜੇ ਉਹਨਾਂ ਨੇ ਮਾਰੇ ਨੇ ਅੜਾਏ ਨੇ, 30-30 ਹਜ਼ਾਰ ਬੰਦਾ ਉਹਨਾਂ ਨੇ ਮਾਰਿਆ ਹੈ, ਉਹ ਸਜ਼ਾ ਹੈ। ਦੇਖੋ ਅੱਜ ਉਹ ਕਹਿ ਰਹੇ ਆ ਨਾ, ਅੱਜ ਰਾਜੋਆਣਾ ਕਹਿ ਰਹੇ ਆ ਆਪ ਵੀ ਮੈਂ ਕਿੰਨੇ ਵਾਰ ਕਿੰਨੀ ਚੱਕੀ ਦੀ ਗੱਲ ਦੱਸੀ ਆ ਉਹਨਾਂ ਨੇ ਵੀ ਮੈਂ ਮੇਰਾ ਛੁਟਕਾਰਾ ਕਰ ਦਿਉ। ਇਹ ਹਾਲਾਤ ਹੁੰਦੇ ਆ ਮਾੜੇ ਕੰਮਾਂ ਦੇ, ਅੱਜ ਉਹ ਕਹਿ ਰਿਹਾ ਵੀ ਮੇਰੀ ਰਹਿਮ ਦੀ ਅਪੀਲ ਵਾਪਸ ਲੈ ਕੇ ਮੇਰਾ ਛੁਟਕਾਰਾ ਕਰ ਦਿਉ ਵੀ ਤੁਸੀਂ ਇੱਥੇ ਸਿਆਸਤ ਨਾ ਕਰੋ। ਇਹ ਹੁੰਦੇ ਆ ਮਾੜੇ ਕੰਮਾਂ ਦੇ ਨਤੀਜੇ। ਕੱਲ੍ਹ ਨਹੀਂ, 2-4 ਦਿਨ ਪਿੱਛੇ ਇੱਕ ਬਹੁਤ ਹੀ, ਮੈਂ ਨਾਂ ਦੱਸਦਾ ਹੈ, ਸੋਮਿਆ ਵਿਸ਼ਵਨਾਥ, ਉਹ ਉਹਨਾਂ ਦਾ 2008 'ਚ ਉਹਨਾਂ ਨੂੰ ਮਾਰਿਆ ਗਿਆ, ਜਿਹੜੇ ਕਿ ਇੱਕ 25 ਸਾਲ ਦੀ ਯੰਗ ਲੜਕੀ ਸੀ। ਉਹਦਾ ਫੈਸਲਾ ਆ ਕੁਛ ਦਿਨ ਪਹਿਲਾਂ ਆਇਆ, ਆ ਉਹਨਾਂ ਦੇ ਬਜ਼ੁਰਗ ਮਾਂ ਬਾਪ ਖੜ੍ਹੇ, ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਰੇਅਰੈਸਟ ਆਫ ਰੇਅਰੈਸਟ ਕਿਉਂ ਨਹੀਂ ਇਹ 'ਚ ਫਾਂਸੀ ਦਾ
फैसला होया तो उन्होंने ये गल कही भी मैं अपने बेटी के जिहड़े कातल से मैं चाहती नहीं भी उन्होंने फांसी हो। देखो दुखी किन्ने होंदे लोग जिन्हां नाल होया वो कहती मैं जिवें मैं ते मेरा हसबैंड असी दोनों बजुर्ग असी अपनी बेटी जानते रोज़ मर रहे हैं तिल तिल मर रहे हैं असी मैं उवें देखना चाहनी हाँ जे फांसी होगी तो एक दिन च निपट जाएगा काम। 15 साल उन्होंने जेल च हो गए 28 साल की सज़ा हुई है जिहड़े कि तकरीबन 14-15 साल उन्हें होर जेल च रहना। वो कहती मैं रोज़ इन्हों देखना चाहनी हाँ जिवें मैं तड़फ रही हूँ। जब ये भावना होंगी है जिदे नाल इंसीडेंट होए होण ते जिन्हें किते होण तुसीं तां विच एवें स्वाद लैण नूं क्योंकि आप तुसीं लोक उदों सारे खड्डां च लुके सी जां बाहर बैठे सी पर मैनूं इस गल दा बड़ी तसली हुई मैनूं इस गल दी बड़ी खुशी आ भी जो थोड़े मूँह ते राजवाणे ने चपेड़ मारी है वह किसी ने मैं कहना उह जी आवाज़ कदे किसी ने आई नहीं होनी जिहड़ी थोड़े कन्नां नूं जिहड़ी आवाज़ वह सुन रही होनी है। सूं सूं तां हुई हो जा रही है थोड़े रुकनी नहीं गी वह बंदे ने थोनों कहा भी तुसीं माफ़ी मंगो अकाल तख्त साहब के मूहरे जा के तो थोड़ा एस जी पी का प्रधान हुण जिहड़ा बनाया होया वह जेलों च मिन्नतां कर रहा से बैठिया चो कोठड़ी च माड़े बंदियां दी मदद करोगे माड़े नतीजे निकलणगे। तो उन्हें कहा भी जे नहीं तुसीं वापस लैंदे मरसी पटीशन तो अकाल तख्त साहब के मूहरे जाके बादल परिवार तो एस जी पी का प्रधान हाथ जोड़ के माफ़ी मंगे हुण किधर नूं जाऊंगे हुण इहदे नाल शोभा होगी थोड़ी हुण थोड़ी बहुत वड्डी इहदे नाल जिहड़ी आ उह जय जयकार होगी थोड़ी हुण राह लभदे होंगे बचीए किवें भी किवें पंजाब च हुण अग लाईए चिंगारी किवें लाईए होर किवें भड़काईए वह कोई रब राह लभ रहे होंगे हुण तुसीं। इस करके ये जिहड़े परिवारां नाल होया है बीतियां है उन्हां दा भी रब आ वह भी रोज़ अरदासां करदे आ उन्हां दे बच्चे घर दे रोज़ अरदासां करदे आ जिन्हां दे चले गए। इस करके तुसीं लोग जिहड़े भी हो चाहे बद्दी जी भी चाहे बड़े बड़े मीडिया ते डिबेट करन वाले तुसीं ये जख्म ना करोदिया करो क्योंकि थोड़ों ये गल कदे तुसीं पिंडे ते हंडाई नहीं कि तुसीं किवें ये गल्लां करदे होते कल्ला मारन लग जाने हो। खालड़ा साहब ने आ लिस्ट दित्ती सी ठीक आ उसी ओ मैनूं लियाओ किहड़ी लिस्ट आ दिखाओ कित्थे आ लिस्ट किहदे कोल आ भी ये इन्ने मुंडे मारे ने जे किसी ने लियाओ लिस्ट केस करो कोर्ट जिन्हें जिन्हें मारे आ नजायज ओह कोर्ट च केस करो उहदे तुसीं क्यों गल्लां करदे ने सारा दिन पिंडां च प्रचार करके बाहरले चैनलों पर जाके प्रचार लिया वो लिस्ट कितने। इस करके ये ना कम करो कनेडा अमेरिका च इस वे लोग दुनिया उत्थे तुसी भड़का दिने हो रोज उत्थे मंदिरां ते गुरुद्वारे सामने मूहरे लड़ाई हो चली सिर्फ तुसी इत्थे अग लाने हो। इस करके ना खेलीए आपां इस काम नाल ना खेलीए नवी पनीरी मसा जिहड़े बच्चे आ वो कम्मां चों निकल के अगे पर नहीं पर तुसी हटना क्योंकि थोनू जिन्ने भी तुसी लोग हो चाहे वह मीडिया ना जुड़े हुए ने उस वेले भी उन्हां दे हक च लिखदे सी जिहड़े अज भी वह सहकदे आ बहुत ते बहुत लोग ने जिहड़े बुद्धिजीवी अपने आप नूं कहाउंदे आ उस वेले ये कम्मां च इनवॉल्व सी चिट्ठियां लिखदे सी ना बहुत वधिया वधिया पंजाबी च हरेक दे घरे क्योंकि उदों धमकी फोन ते नहीं दित्ती जांदी उदों चिट्ठी लिख के दित्ती जांदी वी बचा दे इन्ने पैसे वो तुसीं हजे भी हटदे नहीं गे वो गल्लां क्योंकि थोड़े घरे वो चंग्यारी लगी नहीं। इस करके ये खेड ना खेडिया करो ना खेडिया करो। तुसीं तां बड़ा कहिंदे सी असीं इहनां दी डॉक्यूमेंट्री बनाउणी आ धामी साहब बनवाती थोड़ी डॉक्यूमेंट्री तुसीं कहिंदे असीं अतवादियां दी जिन्ने भी ने डॉक्यूमेंट्रियां बना के चैनलां ते दवांगे ते इहदी वीडियो बना के इहदी मशहूरी ऐड करांगे आ पहलां जिहड़ी थोड़ी डॉक्यूमेंट्री बनाई आ राजवाणे ने वो पहलां दिओ जिहड़ा थोड़ा मोर बनाया। मैं गल्लां कई बार क्योंकि तुसीं जख्म खरीददे हो साडे एक पासे अमन शांति च अज तुसीं फिर रहे हो उह सरदार बेअंत सिंह ते उहनां दे साथियां दी लियांदी आ अज जे तुसीं राजभाग आनंद लै रहे हो इहनां दी दित्ती हुई आ चाहे कोई मुख्यमंत्री आ चाहे कोई मंत्री आ चाहे तुहाडे बादल टब्बर आ तां फिर रहे तुसीं उरे। इन्नियां गल्लां अगला जवाब जिद्दण तुसीं तैयार होवोंगे
क्योंकि मैं पहला कदे कहिंदा नहीं। जदों तुसीं प्रैस कॉन्फ्रेंस चंडीगढ़ की भी सम्मेलन कराने नदियाँ एक करवाना अमृतसर श्री अमृतसर साहब एक करवाना चंडीगढ़ एक करवाना दिल्ली आ करा लियो सम्मेलन हुण तुहाडे। इस करके उन्हां दी अपनी लड़ाई है हीरो बनन दी क्योंकि एक ग्रुप राजवाणा है। चलो जे तुसीं इन्ने ही हो तुसीं दो अकाल तख्त साहब ते खड़ के दो उन्हां नूं जथेदार बनाया ना बनाओ अकाल तख्त साहब का जथेदार राजवाणे नूं हवारे नूं बना दो एस जी पीसी का प्रधान बनाओ तुसीं उस गल का मैनूं जवाब दिओ ते बाकी तख्तां दे भी किसी नूं भ्योरे नूं ला दो किसी नूं तारे नूं ला दो किसी का भुल्लर साहब नूं ला दो। जे वह अपने आइकॉन ने जे अपने वह सिखां दे फिर उन्हां नूं देण दो ना सेध। तुसीं की करदे हो तुसीं इह कुर्सियां ते क्यों बैठे हो जदों तुसीं आप ही कहने हो सारे भी वह साढ़े बहुत बड़े हीरे आ कौम दे फिर कौम दे हीरे वन तुसीं क्यों नहीं बिठाउंदे इह जगह ते भाई वह कौम दे हीरे देखिए किहो जिहा लोकां नूं संदेश दिंदे आ किहो जिही सिक्खी नूं गाइडेंस दिंदे आ। तुसीं जगह छड्डो देखदे कोई भी जथेदार हरप्रीत सिंह ने वह ने वह फैसला कर लैण एक जगह जथेदार उन्हां नूं ला दो एक जगह जिहड़े अकाल तख्त साहब दे आ उह छड्ड के कहण भी आओ जी बैठो राजवाणा साहब उहदे नाल शायद उन्हां नूं फायदा भी हो जाए। इस करके दूजियां नूं छेड़ के आप गद्दियां लैणा चाहुंदे उह हुण मिलणियां नहीं तुहानूं नहीं वड़ होणा पिंडां च तुहानूं नहीं शहरां च वड़ होणा तुहानूं इह जिहड़ा भी इह शरारत करन दी कोशिश करू इह पंजाब च कदे भी हिंदू सिख मुस्लिम ईसाई की भावना जिहड़ा प्यार वह नहीं टुटना। थोनू दुबारा जदों थोड़े राज सत्ता जांदी है लोगों की दुबारा छेड़दे हो वह गल्लां दुबारा अग लाने की कोशिश करते हो तो बाकी आ चिट्ठी है जिहड़ी इन चंगी तरह जिहड़े थोड़ा ओलंपिक मैडल मिले है थोनू राजवाणे नूं तुसीं हीरो बनाउण दा वह मैडल अपने गल च पा के लोगों को दिखाओ। धन्यवाद।